اور درست اللہ کے
فرمایا اللہ دے بڑا قریب آؤں گا ہے جدو بندہ سجدے دی حالت اندر ہے دنیا
ਸਾਡੇ ਕੰਮ ਆਏਗਾ ਸਾਨੂੰ ਨਬੀ ਦੀ ਗੱਲ ਮੰਨਣੀ ਚਾਹੀਦੀ ਇਨਸ਼ਾਅੱਲਾ ਮੰਨੋਗੇ ਇਨਸ਼ਾਅੱਲਾ ਨਬੀ ਪਾਕ ਨੇ ਫਰਮਾਇਆ ਮਾਂ ਦੇ ਨਾਮ ਜਿਹੜਾ ਗੱਲ ਇਨਸ਼ਾਅੱਲਾ ਕੱਢਾਂਗੇ ਨਬੀ ਨੇ ਫਰਮਾਇਆ ਚਾਦਰਾਂ ਸ਼ਲਵਾਰਾਂ ਪੈਂਟਾਂ ਟਕਨੇ ਤੋਂ ਉੱਪਰ ਕਰੋ ਸਾਨੂੰ ਕਰਨੀਆਂ ਚਾਹੀਦੀਆਂ ਨਬੀ ਪਾਕ ਨੇ ਫਰਮਾਇਆ ਮੇਰੀ ਉਮਤੀਆ ਮੈਂ ਜਾਂਦੀਆਂ ਜਾਂਦੀਆਂ ਪੈਗਾਮ ਦੇ ਰਿਹਾ ਨਮਾਜ਼ ਨਾ ਛੱਡੀ ਇਨਸ਼ਾਅੱਲਾ ਆਪਾਂ ਨਮਾਜ਼ ਪੜਾਂਗੇ ਨਬੀ ਪਾਕ ਸੱਲ ਨੇ ਫਰਮਾਇਆ ਆਪਣੀ ਬੇਟੀ ਮਾਂ ਬਹਿਨ ਨੂੰ ਪਰਦਾ ਕਰਵਾ ਸਾਨੂੰ ਇਹਨਾਂ ਗੱਲਾਂ 'ਤੇ ਅਮਲ ਕਰ ਉਹ ਭਾਈ ਅਸੀਂ ਨਬੀ ਨਾਲ ਵਫਾ ਕਰਾਂਗੇ ਤੇ ਇਨਸ਼ਾਅੱਲਾ ਮੇਰਾ ਨਬੀ ਤੋਂ ਆਟੋਮੈਟਿਕ ਹੀ ਸਾਡੇ ਨਾਲ ਵਫਾ ਕਰੇ ਖੁਦਾ ਅੱਲਾ ਤੇ ਬੜਾ ਖੁਸ਼ ਹੁੰਦਾ ਨਬੀ ਤੇ ਬੜਾ ਖੁਸ਼ ਹੁੰਦਾ ਆਓ ਫਿਰ ਮੈਂ ਆਪ ਸੰਦੇ ਨੂੰ ਮੁਹੱਬਤ ਨਾਲ ਕਹਿ ਦਿਆਂ ਤਵੱਜੂ ਕਰ ਲਾ ਮੈਂ ਖੁਦਾ ਦਾ ਇੱਕ ਦੋ ਮਿੰਟ ਬਰਦਾਸ਼ਤ ਕਰ ਰਿਹਾ ਜੀ ਸੱਚਾ ਪੱਕਾ ਗੁਲਾਮ ਬਣਾ ਦੇ ਤਾਂ ਆਖਰ